ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਜਿਸ ਤਰ੍ਹਾਂ ਆਪ ਜਾਣਦੇ ਹੀ ਹੋ, ਨਾ ਕੇਵਲ ਭਾਰਤ ਦੇਸ਼ ਦੇ ਵਿੱਚ ਤਾਂ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ। ਮਹਾਂਮਾਰੀ ਨੂੰ ਦੇਖਦੇ ਹੋਏ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਸੰਸਥਾਵਾਂ ਕੰਮ ਕਰ ਰਹੀਆਂ ਹਨ। ਘਰਾਂ ਵਿੱਚ ਰਾਸ਼ਨ ਪਹੁੰਚਾ ਜਾ ਰਿਹਾ ਹੈ, ਔਰ ਦੇਖਣ ਵਿੱਚ ਆਇਆ ਹੈ ਇੱਕੋ ਹੀ ਜਗ੍ਹਾ 'ਤੇ ਅਲੱਗ ਅਲੱਗ ਸੰਸਥਾਵਾਂ ਰਾਸ਼ਨ ਪਹੁੰਚਾ ਰਹੀਆਂ। ਤੋ ਅਸੀਂ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਂਝੇ ਤੌਰ 'ਤੇ ਇੱਕਜੁੱਟ ਹੋ ਕੇ ਚੱਲੀਏ, ਤਾਂ ਜੋ ਇੱਕੋ ਹੀ ਜਗ੍ਹਾ 'ਤੇ ਰਾਸ਼ਨ ਨਾ ਪਹੁੰਚਦੇ ਹੋਏ ਹਰ ਇੱਕ ਦੇ ਵੰਡਵਾਂ ਰਾਸ਼ਨ ਸਾਰੇ ਜਗ੍ਹਾ ਪਹੁੰਚਿਆ ਜਾਵੇ। ਤੋ ਸਾਂਝੇ ਤੌਰ 'ਤੇ ਸਾਡੀ ਇਹ ਅਪੀਲ ਹੈ ਕਿ ਅਸੀਂ ਗੁਰਦੁਆਰਾ ਹੁਸ਼ਿਆਰਪੁਰ ਸਿੰਘ ਸਭਾ ਤੋਂ ਇਸ ਟਾਈਮ 7-8 ਸੰਸਥਾਵਾਂ ਜੁੜ ਕੇ ਜੋ ਵੀ ਹੈ ਇਹਦੀ ਪੈਰਵਾਈ ਕਰ ਰਹੇ ਹਾਂ, ਘਰ ਘਰ ਰਾਸ਼ਨ ਪਹੁੰਚਾਉਣ ਦੀ ਸੇਵਾ ਅਸੀਂ ਕਰ ਰਹੇ ਹਾਂ। ਅਤੇ ਆਪ ਜੀ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦਿਓ, ਅਲੱਗ ਅਲੱਗ ਹੋ ਕੇ ਚੱਲਣ ਦੀ ਬਜਾਏ ਅਸੀਂ ਇੱਕਜੁੱਟ ਹੋ ਕੇ ਚੱਲੀਏ, ਤਾਂ ਜੋ ਇਸ ਮਹਾਂਮਾਰੀ ਦੀ ਪ੍ਰਕੋਪੀ ਨਾਲ ਲੜਿਆ ਜਾਵੇ। ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।